ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ MSW ਸਟੱਡੀ ਫੋਰ ਜੋਬ ਦੇ ਵਿੱਚ। ਜਿਵੇਂ ਕਿ ਤੁਹਾਨੂੰ ਜੀਓਗ੍ਰਾਫੀ ਦੀ ਜੋ ਕਿ ਵੀਡੀਓ ਦੇਖਣ ਨੂੰ ਮਿਲ ਰਹੀਆਂ ਨੇ, ਸੋ ਸਭ ਤੋਂ ਪਹਿਲਾਂ ਅਸੀਂ ਮਾਫ਼ੀ ਚਾਹੁੰਦੇ ਹਾਂ ਕਿ ਅਸੀਂ ਡੇਲੀ ਵੀਡੀਓ ਨਹੀਂ ਪਾ ਰਹੇ, ਕਿਉਂਕਿ ਸਾਨੂੰ ਵੀ ਕੋਈ ਪਰਸਨਲ ਪ੍ਰੋਬਲਮ ਹੈ ਜਿਸ ਕਰਕੇ ਡੇਲੀ ਵੀਡੀਓ ਨਹੀਂ ਪੈ ਰਹੀਆਂ। ਸੋ ਆਓ ਸਟਾਰਟ ਕਰਦੇ ਹਾਂ ਇਹਦੀ ਵੀਡੀਓ। ਆਪਦਾ ਫਸਟ ਕੁਐਸਚਨ ਹੈ, ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧ ਰੱਖਦਾ ਹੈ? ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧ ਰੱਖਦਾ ਹੈ? ਇਸ ਕੁਐਸਚਨ ਦਾ ਜਿਹੜਾ ਰਾਈਟ ਆਂਸਰ ਆਊਗਾ ਜੀ ਆਪਣਾ, ਉਹ ਹੋਊਗਾ ਨੰਬਰ 4, ਗਊਆਂ ਵਿੱਚ ਦੁੱਧ ਦੀ ਮਾਤਰਾ ਵਧਾਉਣ ਦੇ ਨਾਲ। ਗਊਆਂ ਵਿੱਚ ਦੁੱਧ ਦੀ ਮਾਤਰਾ ਵਧਾਉਣ ਨੂੰ ਆਪਰੇਸ਼ਨ ਫਲੱਡ ਹੈ ਜਿਹੜਾ ਸੰਬੰਧ ਰੱਖਦਾ। ਨੈਕਸਟ ਕੁਐਸਚਨ ਹੈ, ਕਿਹੜੇ ਰਾਜ ਵਿੱਚ ਭੇਡਾਂ ਅਤੇ ਬੱਕਰੀਆਂ ਦੀ ਸੰਖਿਆ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ? ਜੰਮੂ ਕਸ਼ਮੀਰ ਵਿੱਚ, ਰਾਜਸਥਾਨ ਵਿੱਚ, ਉੱਤਰ ਪ੍ਰਦੇਸ਼ ਵਿੱਚ ਜਾਂ ਮੱਧ ਪ੍ਰਦੇਸ਼ ਵਿੱਚ? ਇਸ ਕੁਐਸਚਨ ਦਾ ਜਿਹੜਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 2, ਰਾਜਸਥਾਨ। ਨੈਕਸਟ, ਰੀਜਨ ਦਾ ਮੁੱਖ ਉਤਪਾਦਕ ਰਾਜ ਹੈ? ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕਾ, ਹਿਮਾਚਲ ਪ੍ਰਦੇਸ਼? ਇਸ ਕੁਐਸਚਨ ਦਾ ਜਿਹੜਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 4, ਹਿਮਾਚਲ ਪ੍ਰਦੇਸ਼। ਨੈਕਸਟ, ਏਕੜਾਂ ਵਿੱਚ ਕੁੱਲ ਖੇਤਰਫਲ ਅਨੁਸਾਰ ਕਿਹੜੇ ਰਾਜ ਦਾ ਸਭ ਤੋਂ ਵੱਧ ਇਲਾਕਾ ਸਿੰਚਾਈ ਅਧੀਨ ਹੈ? ਜੇਕਰ ਏਕੜਾਂ ਦੇ ਅਨੁਸਾਰ ਗੱਲ ਕਰੀ ਜਾਵੇ ਤਾਂ ਉਹ ਕਿਹੜਾ ਇਲਾਕਾ ਜਿਹੜਾ ਸਿੰਚਾਈ ਦੇ ਅਧੀਨ ਸਭ ਤੋਂ ਜ਼ਿਆਦਾ ਆਉਂਦਾ ਹੈ? ਪੰਜਾਬ, ਤਾਮਿਲਨਾਡੂ, ਉੱਤਰ ਪ੍ਰਦੇਸ਼ ਜਾਂ ਹਰਿਆਣਾ? ਇਸ ਕੁਐਸਚਨ ਦਾ ਜਿਹੜਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 4, ਹਰਿਆਣਾ। ਨੈਕਸਟ, ਕਿਹੜਾ ਰਾਜ ਸਭ ਤੋਂ ਵੱਧ ਪ੍ਰਤੀਸ਼ਤ ਭੂਮੀ 'ਤੇ ਸਿੰਚਾਈ ਕਰਦਾ ਹੈ? ਉਹ ਕਿਹੜਾ ਰਾਜ ਜਿਹੜਾ ਸਭ ਤੋਂ ਵੱਧ ਭੂਮੀ ਉੱਪਰ ਸਿੰਚਾਈ ਕਰਦਾ ਪ੍ਰਤੀਸ਼ਤ ਦੇ ਰੂਪ ਵਿੱਚ? ਜਿਹੜਾ ਉਹਦਾ ਸਹੀ ਆਂਸਰ ਆਊਗਾ ਜੀ ਉਹ ਆਊਗਾ ਨੰਬਰ 4, ਪੰਜਾਬ। ਨੈਕਸਟ, ਏਕੜਾਂ ਵਿੱਚ ਕੁੱਲ ਖੇਤਰਫਲ ਅਨੁਸਾਰ ਕਿਹੜੇ ਰਾਜ ਦਾ ਸਭ ਤੋਂ ਵੱਧ ਖੇਤਰ ਨਹਿਰੀ ਸਿੰਚਾਈ ਅਧੀਨ ਹੈ? ਇਹ ਉਸੇ ਦੇ ਨਾਲ ਮਿਲਦਾ ਜੁਲਦਾ ਕੁਐਸਚਨ ਹੈ ਜੀ, ਜਿਹਦੇ ਵਿੱਚ ਏਕੜਾਂ ਦੇ ਹਿਸਾਬ ਦੀ ਗੱਲ ਕੀਤੀ ਗਈ ਹੈ ਕਿ ਏਕੜਾਂ ਦੇ ਹਿਸਾਬ ਦੇ ਕੁੱਲ ਖੇਤਰਫਲ ਦੇ ਅਨੁਸਾਰ ਉਹ ਕਿਹੜਾ ਰਾਜ ਜਿਹੜਾ ਨਹਿਰਾਂ ਦੇ ਦੁਆਰਾ ਸਭ ਤੋਂ ਜ਼ਿਆਦਾ ਸਿੰਚਾਈ ਕਰਦਾ ਹੈ? ਇਸ ਕੁਐਸਚਨ ਦਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 1, ਉੱਤਰ ਪ੍ਰਦੇਸ਼। ਨੈਕਸਟ, ਕਿਹੜੇ ਰਾਜ ਵਿੱਚ ਉਸ ਦੀ ਕੁੱਲ ਸਿੰਚਾਈ ਭੂਮੀ ਦਾ ਸਭ ਤੋਂ ਵੱਧ ਖੇਤਰ ਖੂਹ ਸਿੰਚਾਈ ਅਧੀਨ ਹੈ? ਉਹ ਕਿਹੜਾ ਰਾਜ ਜਿਹਦੀ ਕੁੱਲ ਸਿੰਚਾਈ ਭੂਮੀ ਦਾ ਸਭ ਤੋਂ ਵੱਧ ਖੇਤਰ ਖੂਹ ਦੁਆਰਾ ਸਿੰਚਾਈ ਕੀਤੀ ਜਾਂਦੀ ਹੈ? ਇਸ ਦਾ ਜਿਹੜਾ ਰਾਈਟ ਆਂਸਰ ਆਊਗਾ ਜੀ ਆਪਣਾ ਉਹ ਆਊਗਾ ਨੰਬਰ 3, ਗੁਜਰਾਤ। ਨੈਕਸਟ, ਨਾਗਾ ਅਰਜੁਨ ਸਾਗਰ ਪ੍ਰੋਜੈਕਟ ਕਿਹੜੀ ਨਦੀ 'ਤੇ ਸਥਿਤ ਹੈ? ਕ੍ਰਿਸ਼ਨਾ, ਗੋਦਾਵਰੀ, ਕਾਵੇਰੀ ਜਾਂ ਤਾਪਤੀ? ਇਸ ਕੁਐਸਚਨ ਦਾ ਜਿਹੜਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 1, ਕ੍ਰਿਸ਼ਨਾ ਨਦੀ ਉੱਪਰ। ਨੈਕਸਟ, ਧੂਵ ਵਰਨ ਤਾਪ ਬਿਜਲੀ ਕੇਂਦਰ ਕਿਹੜੇ ਰਾਜ ਵਿੱਚ ਸਥਿਤ ਹੈ? ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਜਾਂ ਆਂਧਰਾ ਪ੍ਰਦੇਸ਼? ਧੂਵ ਵਰਨ ਤਾਪ ਬਿਜਲੀ ਕੇਂਦਰ ਕਿਹੜੇ ਰਾਜ ਵਿੱਚ ਸਥਿਤ ਹੈ? ਇਸ ਕੁਐਸਚਨ ਦਾ ਜਿਹੜਾ ਆਪਣਾ ਰਾਈਟ ਆਂਸਰ ਆਊਗਾ ਜੀ ਉਹ ਆਊਗਾ ਨੰਬਰ 3, ਗੁਜਰਾਤ ਦੇ ਵਿੱਚ। ਨੈਕਸਟ, ਕੋਇਨਾ ਪ੍ਰੋਜੈਕਟ ਦਾ ਮੁੱਖ ਉਦੇਸ਼ ਹੈ? ਕੋਇਨਾ ਪ੍ਰਦੇਸ਼ ਦਾ ਜਿਹੜਾ ਪ੍ਰੋਜੈਕਟ ਹੈ, ਕੋਇਨਾ ਪ੍ਰੋਜੈਕਟ ਦਾ ਮੁੱਖ ਉਦੇਸ਼ ਜਿਹੜਾ ਆਊਗਾ ਉਹਦਾ ਰਾਈਟ ਆਂਸਰ ਆਊਗਾ ਜੀ ਨੰਬਰ 2, ਜਲ ਸ਼ਕਤੀ ਦੁਆਰਾ ਬਿਜਲੀ ਉਤਪਾਦਨ ਕਰਨਾ। ਸੋ ਥੈਂਕ ਯੂ, ਆਸ ਕਰਦੇ ਤੁਹਾਨੂੰ ਸਾਡੀ ਇਹਦੀ ਵੀਡੀਓ ਬਹੁਤ ਪਸੰਦ ਆਈ ਹੋਊਗੀ। ਸਾਡੀ ਨੈਕਸਟ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਵਾਧੂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਜੇਕਰ ਬੋਲਣ ਚੱਲਣ ਦੇ ਵਿੱਚ ਕਿਤੇ ਗਲਤੀ ਹੋ ਜਾਂਦੀ ਤਾਂ ਉਸਨੂੰ ਮਾਫ਼ ਕਰਨਾ। ਸੋ ਥੈਂਕ ਯੂ।